ਤਾਂ ਮੈਦਾਨ ਦੇ ਵਿੱਚ ਬੀਬੀ ਜਗੀਰ ਕੌਰ ਵੀ ਨੇ ਸਾਡੇ ਨਾਲ ਨੇ ਬੀਬੀ ਜੀ ਤਾਜ਼ਾ ਜਾਣਕਾਰੀ ਤੁਹਾਡੇ ਤੱਕ ਵੀ ਪਹੁੰਚੀ ਹੋਣੀ ਆ ਥੋੜੀ ਦੇਰ ਪਹਿਲਾਂ ਪ੍ਰੈਸ ਕਾਨਫਰੰਸ ਹੁੰਦੀ ਐ ਔਰ 110 ਮੈਂਬਰਾਂ ਦਾ ਦਾਵਾ ਕਰ ਦਿੱਤਾ ਗਿਆ ਕਿ ਧਾਮੀ ਨੂੰ ਉਹਨਾਂ ਨੇ ਪ੍ਰਧਾਨ ਮੰਨ ਲਿਆ ਸਭ ਤੋਂ ਪਹਿਲਾਂ ਤੇ ਸਾਰੀ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇਸ ਤਰ੍ਹਾਂ ਕਿ ਕੱਲ ਨੂੰ 12 ਵਜੇ ਇਜਲਾਸ ਸਰ ਨਿਚੋੜ ਨਿਕਲ ਜਾਣਾ ਮੈਂਬਰਾਂ ਨੇ ਆਪਣੀ ਮਤ ਦਾ ਦਾਨ ਕਰਨਾ ਹੈ ਕੋਈ ਮੈਂਬਰ ਜਿਹੜਾ ਐਸੀ ਕੋਤਾਈ ਨਹੀਂ ਕਰੇਗਾ ਜਿਹੜਾ ਸ੍ਰੀ ਅਕਾਲਤਾ ਸਭ ਤੋਂ ਸ੍ਰੀ ਦੂਰੀ ਬਣ ਜਾਏ। ਔਰ ਕੌਮ ਨੂੰ ਜਾ ਕੇ ਜਵਾਬ ਦੇ ਉਹਨਾਂ ਨੇ ਹੋਣਾ ਹੈ ਜੋ ਅੱਜ ਸ੍ਰੀ ਅਕਾਲਤਾ ਸਾਹਿਬ ਜੀ ਦੇ ਮਾਨ ਮਰਿਆਦਾ ਦਾ ਸਿਧਾਂਤ ਦਾ ਕਤਲ ਹੋਇਆ। ਉਹਦਾ ਜਵਾਬ ਅਸੀਂ ਵੀ ਸਾਰਿਆਂ ਨੇ ਦੇਣਾ। ਤੇ ਜੇ ਅੱਜ ਵੀ ਅਸੀਂ ਸੁਚੇਤ ਨਾ ਹੋਏ ਤੇ ਮੇਰਾ ਖਿਆਲ ਹੈ ਕਿ ਇਹ ਚੋਣਾ ਲੜਨ ਦਾ ਕੋਈ ਫਾਇਦਾ ਨਹੀਂ। ਦੂਜੀ ਗੱਲ ਜਿਹੜੀ ਹੈ ਤਨ ਗੁਰੂ ਰਾਮਦਾਸ ਜੀ ਦਾ ਇਹ ਦਰਬਾਰ ਹੈ। ਦੇ ਸਮੁੰਦਰੀ ਹਾਲ ਸਾਡਾ ਜਿਹੜਾ ਇੱਕ ਬੜਾ ਇਤਿਹਾਸਿਕ ਸਥਾਨ ਹੈ ਜੇ ਉਹਦੇ ਸਥਾਨ ਤੇ ਬੈਠ ਕੇ ਗੁਰੂ ਰਾਮਦਾਸ ਜੀ ਦੇ ਘਰ ਚ ਬੈਠ ਕੇ ਇੱਟਾ ਵੱਡਾ ਸੀ ਝੂਠ ਬੋਲ ਸਕਦੇ ਆ ਤੇ ਫਿਰ ਸਾਨੂੰ ਹੋਰ ਕਹਿਣ ਦੀ ਕੀ ਲੋੜ ਹੈ ਜੀ ਜੋ ਉੱਥੇ ਕਿੰਨੇ ਮੈਂਬਰ ਆਏ ਆ ਮੈਂ ਤਾਂ ਕਹਿੰਦੀ ਸੀ ਸਾਰੇ ਹੀ ਸੀ ਮੈਂਬਰ ਕੋਈ ਗੱਲ ਨਹੀਂ ਉੱਥੇ ਭਾਵੇਂ 100 ਵੀ ਜਾ ਸਕਦਾ ਉੱਥੇ 60 ਵੀ ਜਾ ਸਕਦੇ ਤੇ 50 ਵੀ ਜਾ ਸਕਦੇ ਉੱਥੇ 140 ਵੀ ਜਾ ਸਕਦਾ ਪਰ ਹੈਰਾਨੀ ਦੀ ਗੱਲ ਹੈ ਵੀ ਕਮ ਸੋ ਕਮ ਉੱਥੇ ਸੱਚ ਬੋਲੋ ਗਿਣਤੀ ਦੇ ਵਿੱਚ ਤੁਸੀਂ ਇੰਟੈਲੀਜੈਂਸੀ ਤੋਂ ਰਿਪੋਰਟ ਕਢਾ ਲਓ ਤੁਸੀਂ ਪ੍ਰੈਸ ਵਾਲੀ ਉੱਥੋਂ ਆਏ ਹੋ ਮੇਰੇ ਨਹੀਂ خیال ਕਿ 57 ਤੇ 60 ਦੇ ਵਿੱਚ ਤੋਂ ਵੱਧ ਮੈਂਬਰ ਉੱਥੇ ਹੋਣ ਮੈਂ ਕਿਹਾ ਜਿਆਦਾ ਵੀ ਹੋ ਸਕਦੇ ਸੀ ਪਰ ਨਹੀਂ ਆਏ ਕਿਉਂਕਿ ਮੈਂਬਰਾਂ ਦਾ ਵੀ ਗੁੱਸਾ ਹੈ ਗਿਲਾ ਹੈ ਉਹਨਾਂ ਨੇ ਜਾ ਕੇ ਜਵਾਬ ਦੇਣਾ ਇਸ ਅੱਜ ਦੀ ਗਿਣਤੀ ਨਾਲ ਉਹਨਾਂ ਨੇ ਕਿਤੇ 99 ਕਹਿ ਦੇਣਗੇ 100 ਕਹਿ ਦੇਣਗੇ ਸਵਾ 100 ਕਹਿ ਦੇਣਗੇ ਇਹਦੇ ਨਾਲ ਉਹਨਾਂ ਨੂੰ ਵੋਟਾਂ ਨਹੀਂ ਪੈ ਗਈਆਂ ਅੱਜ ਜਿਹੜੇ ਉੱਥੇ ਆਏ ਨੇ ਉਹ ਸਾਰੇ ਮੈਨੇਜਰਾਂ ਨੂੰ ਕਹਿ ਕੇ ਜਲੇ ਜੱਥੇ ਤੱਕ ਲੈ ਕੇ ਆਏ ਐ ਤੇ ਮੈਂਬਰ ਕੁਦਰਤੀ ਹੈ ਜੀ ਉਹਨਾਂ ਨੂੰ ਮੀਟਿੰਗ ਦੇ ਵਿੱਚ ਜਾਣਾ ਹੀ ਹੁੰਦਾ ਔਰ ਉਹਦੇ ਵਿੱਚੋਂ ਬਾਹਰ ਨਿਕਲੇ ਜਦੋਂ ਮੈਂਬਰ ਕਈ ਉਹਨਾਂ ਮੈਨੂੰ ਫੋਨ ਕੀਤੇ ਐ ਪਹਿਲੀ ਵੋਟ ਸਾਡੀ ਕਿਹੋ ਸੋ ਇਸ ਕਰਕੇ ਇਹ ਇਹ ਮਤ ਸੋਚੋ ਕਿ ਜਿਹੜੇ ਉੱਥੇ ਮੈਂਬਰ ਵੀ ਗਏ ਐ ਉਹ ਸਾਰੇ ਸਾਰੇ ਇੱਕ ਪਾਸੜ ਹੋਣਗੇ ਯਾਨੀ ਕਿ ਮੀਟਿੰਗ ਦੇ ਵਿੱਚ ਆਏ ਮੈਂਬਰ ਇਹ ਨਹੀਂ ਅਸੀਂ ਕਹਿ ਸਕਦੇ ਕਿ ਉਹ ਪੱਕੀ ਵੋਟ ਵੀ ਹੈ ਜਾਂ ਉਹ ਅਕਾਲੀ ਦਲ ਨੂੰ ਹੀ ਪੈਣੀ ਹੈ ਦੇਖੋ ਮੈਂਬਰ ਸਾਰੇ ਸਾਡੇ ਸਕਾਰਜੋਗ ਨੇ ਔਰ ਉਹ ਕਦੀ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਰਨਗੇ ਜਿਸ ਦੇ ਨਾਲ ਸਾਡੀ ਸੰਸਥਾ ਦਾ ਕੋਈ ਨੁਕਸਾਨ ਹੋਵੇ। ਜਾਣ ਅਸੀਂ ਕਿਸੇ ਨੂੰ ਰੋਕਦੇ ਹੀ ਨਹੀਂ। ਸਾਰੇ ਮੈਂਬਰਾਂ ਨੂੰ ਕਹਾਂ ਤੁਸੀਂ ਜਾਓ। ਜਿਹਨੂੰ ਜਿਹਨੂੰ ਸੁਨੇਹਾ ਆਇਆ ਹੈ ਤੁਸੀਂ ਜ਼ਰੂਰ ਪਹੁੰਚੋ। ਪਰ ਕੱਲ ਨੂੰ ਲੰਬਾ ਕਿਹੜਾ ਕੰਮ ਰਹਿ ਗਿਆ ਜੀ? 14-15 ਘੰਟੇ ਦੀ ਗੱਲ ਰਹਿ ਗਈ ਹੈ। ਤੇ ਆਪੇ ਜੋ ਉਥੇ ਨਤਾਰਾ ਹੋਣਾ ਉਹ ਹੋ ਜਾਣਾ ਠੀਕ ਹੈ ਤੁਸੀਂ ਉਮੀਦਵਾਰ ਹੋ ਪਰ ਉਹ ਤੁਹਾਡੇ ਬਾਰੇ ਗੱਲ ਤਾਂ ਘੱਟ ਕਰਦੇ ਉਹ ਕਹਿੰਦੇ ਜੀ ਆਰਐਸਐਸ ਬੀਜੇਪੀ ਕਾਂਗਰਸ ਆਮ ਆਦਮੀ ਪਾਰਟੀ ਸਾਰੀਆਂ ਪਾਰਟੀਆਂ ਰਲ ਕੇ ਸਾਜ਼ਿਸ਼ ਘੜ ਰਹੀਆਂ ਨੇ ਔਰ ਬੀਬੀ ਜ਼ਗੀਰਕੌਰ ਇੱਕ ਮੋਰਾ ਨੇ ਉਹਨਾਂ ਦੀ ਜੇ ਬੀਬੀ ਜ਼ਗੀਰਕੌਰ ਦੀ ਵੀ ਪੰਥਕ ਸੋਚਦੇ ਹੋ ਇਸ ਤਰ੍ਹਾਂ ਦੇ ਕਿੰਤੂ ਕਰਨ ਫਿਰ ਉਹਨਾਂ ਨੇ ਜਿਸ ਤਰ੍ਹਾਂ ਦੀ ਅੱਖ ਨੂੰ ਸ਼ੀਸ਼ਾ ਲਾਇਆ ਹੋਇਆ ਉਹੀ ਦਿਸਣਾ ਉਹਨਾਂ ਨੂੰ ਜਿਹੜੇ ਉਹ ਆਏ ਸੀ ਇਹਨਾਂ ਨੂੰ ਪੁੱਛ ਲਓ ਵੀ ਇਹਨਾਂ ਦੀ ਕਿੰਨੀ ਕਿੰਨੀ ਪੰਥਕ ਸੋਚ ਹੈ ਜਿਹੜੇ ਲੀਡਰ ਉੱਥੇ ਬੈਠੇ ਸੀ ਇਥੇ ਰਾਮ ਰਹੀਮ ਦੇ ਗੁਣਗਾਨ ਵਾਲੇ ਲੋਕ ਨੇ ਇਥੇ ਉਹ ਲੋਕ ਨੇ ਜਿਨ੍ਹਾਂ ਨੂੰ ਮaaf ਕੀਤਾ ਸੀ ਕਿ ਤੇ ਸਾਡੀ ਸੰਸਦ ਦਾ ਐਡਾ ਵੱਡਾ ਨੁਕਸਾਨ ਕੀਤਾ ਸ਼੍ਰੀ ਅਕਾਲ ਤਾਜ ਸਾਹਿਬ ਜੀ ਦਾ ਐਡਾ ਵੱਡਾ ਅਪਮਾਨ ਜਿਹੜੇ ਕਰਨ ਵਾਲੇ ਲੋਕ ਉਹ ਮੈਨੂੰ ਕਹਿਣਗੇ ਸਾਰੀ ਕੌਮ ਨੂੰ ਪਤਾ ਹੈ ਮੇਰੀ ਜ਼ਿੰਦਗੀ ਖੁੱਲੀ ਕਿਤਾਬ ਹੈ ਔਰ ਮੈਂ ਜੋ ਵੀ ਇੱਥੇ ਕਿਹਾ ਮੈਂ ਏਜੰਡੇ ਦਿੱਤੇ ਹੈ ਮੈਂ ਕਿਸੇ ਦੇ ਕਿੰਤੂ ਨਹੀਂ ਕਰਨਾ ਮੈਂ ਸਰਦਾਰ ਹਰਜਿੰਦਰ ਸਿੰਘ ਦੀ ਤਾਮੀਰ ਸਾਹਿਬ ਦੇ ਖਿਲਾਫ ਵੀ ਨਹੀਂ ਬੋਲਣਾ ਕਿਉਂਕਿ ਮੈਂ ਉਸ ਕੁਰਸੀ ਦਾ ਸਤਿਕਾਰ ਕਰਦੀ ਹਾਂ ਮੈਂ ਕੁਛ ਦੀ ਮਾਨ ਮਰਿਆਦਾ ਰੱਖੀ ਹੈ ਮੈਂ ਗਰੀਮਾ ਬੁਲਾਉਣਾ ਚਾਹਦੀ ਮੇਰੇ ਪ੍ਰਧਾਨ ਨੂੰ ਮੈਂ ਕੁਛ ਕਹਾ ਸਮਝ ਲਓ ਕਿ ਮੈਂ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਨੂੰ ਨਿਮਾ ਕਰਾਂਗੀ ਸਾਡੇ ਮੈਂਬਰ ਸਾਹਿਬਾਨਾਂ ਨੂੰ ਜੋ ਕੁਛ ਇਹਨਾਂ ਨੇ ਕਹਿ ਦਿੱਤਾ ਮੈਨੂੰ ਬੜਾ ਦੁੱਖ ਹੈ ਕਿ ਉਹ ਮੈਂਬਰ ਸਾਹਿਬਾਨ ਜਿਹੜੇ ਨਾ ਕਿਤੇ ਪੱਤਾ ਲੈਣ ਨਾ ਕਿਤੇ ਕੋਈ ਟੀਏ ਡੀਏ ਲੈਣ ਨਾ ਕਿਤੇ ਕੋਈ ਤਨਖਾਹ ਲੈਣ ਤੇ ਸਾਰੀ ਜ਼ਿੰਦਗੀ ਉਹਨਾਂ ਨੇ ਆਪਣੀਆਂ ਗੱਡੀਆਂ ਚਲਾ ਚਲਾ ਕੇ ਨਿਸ਼ਕਾਮ ਸੇਵਾ ਕੀਤੀ ਤੇ ਉਹਨਾਂ ਨੂੰ ਇਹ ਕਹਿ ਰਹੇ ਹੈ ਕਿ ਉਹਨਾਂ ਨੂੰ ਖਰੀਦਿਆ ਜਾ ਰਿਹਾ ਹੈ ਇਹਦਾ ਮਤਲਬ ਕਿ ਜਿਹੜਾ ਮੈਂਬਰਾਂ ਦੀ ਤੁਸੀਂ ਜ਼ਿੰਦਗੀ ਨੂੰ ਇੰਨਾ ਕਰਦਾਰ ਖੁਸ਼ੀ ਕਰ ਰਹੇ ਹੋ ਤੁਸੀਂ ਉਹਨਾਂ ਤੋਂ ਵੋਟ ਦਾ ਕੀ ਆਸ ਰੱਖਦੇ ਹੋ ਮੈਂ ਕਦੀ ਨਹੀਂ ਕਹਾਂਗੀ ਔਰ ਮੈਨੂੰ ਇਸ ਗੱਲ ਦਾ ਦੁੱਖ ਵੀ ਹੋਇਆ ਕਿ ਅਸੀਂ ਵੀ ਵਿੱਚ ਹੀ ਆ ਮੈਂ ਵੀ ਮੈਂਬਰ ਐ ਤਾਂ ਮਿਸਾ ਵੀ ਮੈਂਬਰ ਐ ਇਹਦਾ ਮਤਲਬ ਕਿ ਇਹ ਲੋਕਾਂ ਨੇ ਜਿਹੜਾ 23 24 ਸਾਲ ਭੀਜਪੀ ਆਰਐਸਐਸ ਦੇ ਨਾਲ ਗੁਜ਼ਾਰੀ ਹੈ ਇਹਨਾਂ ਨੂੰ ਤੇ ਕੋਈ ਜਾਣਦਾ ਹੋਵੇਗਾ ਇਹਨੂੰ ਤਰੀਕੇ ਦਾ ਪਤਾ ਹੋਵੇਗਾ ਇਹ ਉਹਨਾਂ ਨਾਲ ਸਾਂਝ ਪਾਈ ਹੋਗੀ ਇਹਨਾਂ ਨੇ ਮਿਨਿਸਟਰੀਆਂ ਹੰਡਾਈਆਂ ਹੋਣਗੀਆਂ ਇਹਨਾਂ ਨੇ ਏਜੰਸੀਆਂ ਲਈਆਂ ਹੋਣਗੀਆਂ ਇਹਨਾਂ ਨੇ ਵੱਡੇ ਕੰਮ ਲਏ ਹੋਣਗੇ ਜਗੀਰਕਰ ਨੇ ਤਾਂ ਕਿਸੇ ਕੋਲ ਕੁਝ ਨਹੀਂ ਲਿਆ ਪਰ ਜਿਹੜਾ ਉਹਨਾਂ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਮੈਂਬਰਾਂ ਨੂੰ ਆਫਰ ਤੱਕ ਦਿੱਤੀ ਗਈ ਪੈਸਿਆਂ ਦੀ ਗੱਲ ਹੋ ਰਹੀ ਹੈ ਕੀ ਤੁਹਾਡੇ ਕੋਲ ਕੋਈ ਐਸੀ ਜਾਣਕਾਰੀ ਪਹੁੰਚੀ ਕਿ ਅਕਾਲੀ ਦਲ ਵੱਲੋਂ ਵੀ ਮੈਂਬਰਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਲਾਲਚ ਜਾਂ ਕੋਈ ਮੈਂ ਕਿ ਨਹੀਂ ਉਹ ਕੀਤਾ ਵੀ ਹੋਵੇ ਮੈਂ ਤਾਂ ਵੀ ਨਹੀਂ ਕਹਿਣਾ ਮੈਨੂੰ ਨਹੀਂ ਪਤਾ ਮੈਂ ਮੇਕਅਪਾਂ ਝੂਠ ਬੋਲਾਂ ਜੇ ਉਹਨਾਂ ਨੂੰ ਪਤਾ ਹੈ ਤੇ ਉਹ ਦੱਸ ਦੇ ਮੈਂਬਰ ਬੋਲਣ ਨਾ ਮੈਂਬਰ ਬੋਲਣ ਜਿਨ੍ਹਾਂ ਮੈਂਬਰਾਂ ਨੂੰ ਇਹ ਥ੍ਰੈਟ ਕਰ ਰਹੇ ਆ ਇਹ ਬੋਲਣ ਜਿਨ੍ਹਾਂ ਮੈਂਬਰਾਂ ਨੂੰ ਕੋਈ ਲਾਲਚ ਦਿੱਤਾ ਜਾ ਰਿਹਾ ਮੈਂਬਰ ਬੋਲਣ ਔਰ ਮੈਂ ਸਮਝਦੀ ਆ ਕਿ ਜੇ ਉਹਨਾਂ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਤੇ ਮੈਂ ਉਹਨਾਂ ਦੇ ਨਾਲ ਖੜੀ ਹੋਵਾਂਗੀ ਮੈਂਬਰ ਸਾਹਿਬਾਨਾਂ ਦੇ ਵੀ ਕਿਉਂ ਕੋਈ ਕਰੇ ਅੱਜ ਆਰਐਸਐਸਰੀ ਤੇ ਕੀ ਗੱਲ ਲੱਗੀ ਜੀ ਮੈਂਬਰ ਤੇ ਸਾਰੇ ਸ਼ੋਮਨੀ ਕਾਲੀ ਦਲ ਦੇ ਟਿਕਟ ਤੇ ਜਿੱਤ ਕੇ ਆਏ ਆ ਸੀ ਸਾਰੇ ਮੈਂਬਰ ਸ਼ੋਮਨੀ ਕਾਲੀ ਦਲ ਦੇ ਆ ਜੇ ਕੋਈ ਗੁੱਸੇ ਗਿਲੇ ਚ ਇੱਕ ਅੱਦਾ ਮੈਂਬਰ ਕੋਈ ਪਾਰਟੀ ਬਦਲ ਕੇ ਗਿਆ ਹੋਵੇਗਾ ਤੇ ਉਹਦਾ ਮਤਲਬ ਇਹ ਤੇ ਨਹੀਂ ਕੋਈ ਸ਼ੋਮਨੀ ਕਾਲੀ ਦਲ ਉਹਦੇ ਉਹਦੇ ਅੰਦਰ ਪੰਥਕ ਸੋਚ ਨਿਕਲ ਗਈ ਇਸ ਲੋਕਮਣੀ ਗੁਰਦੁਆਰਾ ਪ੍ਰੰਧ ਕਮੇਟੀ ਇਹ ਸਿੱਖਾਂ ਦੀ ਜਥੇਬੰਦੀ ਹੈ ਹਾਂ ਇਹ ਮੈਂ ਮੰਨ ਸਕਦੀ ਐ ਪਹਿਲਾਂ ਇੱਕ ਇੱਕ 1 ਵਜੇ ਲਫਾਫਾ ਖੁੱਲਦਾ ਹੁੰਦਾ ਸੀਗਾ ਹੁਣ ਜਰਾ ਇਹ ਐ ਕਿ 4-5 ਦਿਨ ਪਹਿਲਾਂ ਕੈਂਡੀਡੇਟ ਉੱਤੇ ਗਏ ਤੇ ਹਰ ਸਿੱਖ ਦਾ ਫਰਜ਼ ਬੰਦਾ ਜਿਨ੍ਹਾਂ ਨੇ ਵੋਟਾਂ ਪਾਈਆਂ ਹੁੰਦੀਆਂ ਉਹ ਆਪਣੇ ਮੈਂਬਰ ਨੂੰ ਸੁਚੇਤ ਕਰ ਸਕਦੇ ਐ ਕਿ ਧਿਆਨ ਨਾਲ ਵੋਟ ਪਾਓ ਸੁਝਾਅ ਦੇ ਸਕਦੇ ਐ ਸੁਚੇਤ ਕਰ ਸਕਦੇ ਐ ਕਿਉਂਕਿ ਦੋ ਕੈਂਡੀਡੇਟ ਜਦੋਂ ਲੋਕਾਂ ਦੇ ਸਾਹਮਣੇ ਆ ਜਾਣ ਤੇ ਲੋਕੀ ਉਹਨਾਂ ਨੂੰ ਸੁਚੇਤ ਵੀ ਕਰਦੇ ਹੁੰਦੇ ਸੋ ਮੈਂ ਸਮਝਦੀ ਐ ਇਹ ਫਜ਼ੂਲ ਦੀਆਂ ਗੱਲਾਂ ਇਹ ਜਿਹੜੇ ਲੋਕ ساری ਜ਼ਿੰਦਗੀ ਆਰਐਸਐਸ ਨਾਲ ਕੱਢੀ ਹੋਵੇ ਭਾਰਤੀ ਜਨਤਾ ਪਾਰਟੀ ਨੇ ਉਹ ਸਿਆਸੀ ਪਾਰਟੀ ਹੈ ਜੀ ਸਰਕਾਰ ਪਾਸ ਸਰਕਾਰ ਹੁਣ ਜਦੋਂ ਅਸੀਂ ਮਾਰਚ ਲੈ ਕੇ ਜਾਣਾ ਸੀ ਇਹਨਾਂ ਨੇ ਜਦੋਂ ਬੰਦੀ ਸਿੱਖਾਂ ਨਾਲ ਸੰਬੰਧ ਵਿੱਚ ਮਾਰਚ ਲੈ ਕੇ ਜਾਣਾ ਸੀ ਉਹਦੇ ਵਿੱਚ ਦਿੱਲੀ ਕਮੇਟੀ ਦਾ ਕੋਈ ਬਹੁਤ ਵੱਡੀ ਭੂਮਿਕਾ ਸੀ ਬਹੁਤ ਜਲਦ ਖੁਲਾਸਾ ਕਰਾਂਗੇ ਤੇ ਫਿਰ ਤੁਸੀਂ ਪਾਗਲ ਹੋ ਤੁਸੀਂ ਪਾਗਲ ਹੋ ਤੁਸੀਂ ਕਿਹੋਰਾ ਨਹੀਂ ਕੀਤਾ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ ਪਈ ਅਸੀਂ ਕਿਸ ਮਕਸਦ ਲਈ ਜਾ ਰਹੇ ਹਾਂ ਕੋਈ ਕਮੇਟੀ ਦਾ ਨਹੀਂ ਮਤਲਬ ਹੁੰਦਾ ਕਹੂ ਇਹਨਾਂ ਨੂੰ ਘੁਰਕੀ ਬੱਜੀ ਉੱਥੇ ਬੈਠ ਕੇ ਇਹ ਅੱਜ ਦੇ ਇਹਨਾਂ ਚੋਣਾਂ ਦਾ ਬਾਈਕਾਟ ਕੀਤਾ ਉਹ ਕਿਹਦੇ ਪ੍ਰੈਸ਼ਰ ਥਲੇ ਕੀਤਾ ਹੋਊਗਾ ਮੈਨੂੰ ਕੀ ਕਹਿ ਸਕਦੇ ਆ ਮੇਰੇ ਨਾਲ ਤਾਂ ਕੋਈ ਸਬੰਧ ਨਹੀਂ ਜੀ ਕਿਸੇ ਕੱਲ ਦਾ ਨਾ ਮੈਂ ਕਿਸੇ ਪਾਰਟੀ ਨਾਲ ਸਬੰਧ ਹੈ ਮੇਰਾ ਹਾਂ ਮੇਰਾ ਸਿੱਖ ਨਾਲ ਸਬੰਧ ਹੈ ਸਿੱਖ ਕਿਤੇ ਵੀ ਬੈਠਾ ਉਹ ਕਹਿੰਦੇ ਅਸੀਂ ਮर्याਦਾ ਤੋਂ ਬਾਹਰ ਨਹੀਂ ਜਾ ਸਕਦੇ ਅਸੀਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਤੁਸੀਂ ਕੱਲ ਛੱਡੋ ਜੀ ਉਹਨਾਂ ਦੇ ਮੈਂ ਫਜ਼ੂਲ ਦੇ ਸਵਾਲਾਂ ਦਾ ਜਵਾਬ ਨਹੀਂ ਦੇਣਾ ਪਰ ਜਿਹੜੀ ਇਹ ਗੱਲ ਕਹੀ ਗਈ ਦਾਵਾ ਕੀਤਾ ਗਿਆ ਕਿ ਬਹੁਤ ਵੱਡੇ ਮਾਰਜਨ ਦੇ ਨਾਲ ਤਾਂ ਮੀ ਸਾਹਿਬ ਜਿੱਤਣਗੇ ਉਹਨੂੰ ਕਿੱਦਾਂ ਦੇਖਦੇ ਹੋ ਫਿਰ ਇਹਦਾ ਮਤਲਬ ਫਿਰ VOTING ਦਾ ਤਾਂ ਕੋਈ ਫਾਇਦਾ ਹੀ ਨਹੀਂ ਸਮਾਂ ਕਿਹੜਾ ਦੂਰ ਹੈ ਜੀ ਸਮਾਂ ਕੋਈ ਦੂਰ ਹੈ ਕਿੰਨੇ ਰਹਿ ਗਏ ਘੰਟੇ ਆ ਰਾਤ ਹੈ ਤੇ 12 14 15 ਘੰਟੇ ਰਹਿ ਗਏ ਸਮਾਂ ਆਏਗਾ ਇਹਦਾ ਮਤਲਬ ਕਿ ਉਹਨਾਂ ਨੇ ਵੋਟਾਂ ਗਿਣ ਕੇ ਪਾਤੀਆਂ ਉੱਥੇ ਅੰਦਰ ਤੇ 50 ਤੋਂ 55 ਬਤਵਾ 60 ਬੰਦੇ ਹੋਣਗੇ ਤੇ 60 ਜੀ ਮੈਂ ਮੈਂ ਦਾਅਵੇ ਨੇ ਕਹਿ ਸਕਦੇ 10 15 ਦੇ ਸਾਡੇ ਬੈਠੇ ਹੋਣਗੇ ਕਿਉਂਕਿ ਸਿੱਧਕੇ ਨਹੀਂ ਕਿਸੇ ਨੂੰ ਸਾਰੇ ਮੇਰੇ ਹੀ ਹੈ ਮੈਂ ਇਹ ਵੀ ਕਹਿਨੀ ਹੈ ਜਿਹੜੇ 60 70 60 65 ਆਏ ਨੇ ਜੀ ਉਹ ਵੀ ਸਾਡੇ ਹੀ ਹੈ ਮੇਰੇ ਸਾਥੀ ਹੈ ਮੇਰੇ ਭਰਾ ਨੇ ਸਾਡੇ ਭੈਣਾਂ ਨੇ ਔਰ ਮੈਨੂੰ ਆਸ ਹੈ ਕਿ ਉਹ ਬਹੁਤ ਵਧੀਆ ਫੈਸਲਾ ਲੈਣਗੇ ਕੋਈ ਐਸਾ ਫੈਸਲਾ ਲੈਣਗੇ ਜਿਹੜਾ ਕੌਮ ਨੂੰ ਜਵਾਬ ਦੇ ਹੋਣਾ ਓਕੇ ਸਾਨੂੰ ਸ਼ਰਮਿੰਦਾ ਹੋਣਾ ਪਵੇ। ਆਖਰੀ ਸਵਾਲ ਉਹਨਾਂ ਵੱਲੋਂ ਇੱਕ ਗੱਲ ਇਹ ਵੀ ਕਹੀ ਗਈ ਹੈ ਕਿ ਅਸੀਂ ਤਾਂ ਲਗਭਗ ਤੈਅ ਕਰ ਚੁੱਕੇ ਹਾਂ ਤੇ ਜਿਹੜੇ ਵਿਰੋਧੀ ਨੇ ਜਾਂ ਤੁਹਾਡੇ ਵੱਲ ਇਸ਼ਾਰਾ ਕੀਤਾ ਕਿ ਉਹਨਾਂ ਨੂੰ ਚਾਹੀਦਾ ਕਿ ਆ ਕੇ ਇਕੱਠੇ ਬਹਿ ਕੇ ਸਰਬਸੰਮਤੀ ਦੇ ਨਾਲ ਧੰਮੀ ਸਾਹਿਬ ਨੂੰ ਪ੍ਰਧਾਨ ਚੁਣ ਲਿਆ ਜਾਵੇ। ਪਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਸਾਡੇ ਕੋਲ ਮੈਂਬਰ ਤੁਸੀਂ ਵੀ ਕਹੋਗੇ ਕਿ ਸਰਬਸੰਮਤੀ ਦੇ ਨਾਲ ਤੁਹਾਨੂੰ ਚੁਣ ਲੈ। ਦੇਖੋ ਜੀ ਗੱਲ ਸਿੱਧੀ ਹੈ। ਮੈਂ ਕਿਹ ਜਮੀਰ ਦੀ ਵਾਸਤੇ ਵੋਟ ਪਾਈ ਜਾਵੇ। ਜਿਹੜੇ ਮੈਂਬਰਾਂ ਨੇ ਵੋਟ ਪਾਈ। ਸਰਬਸੰਮਤੀ ਕਿੱਦਾਂ ਹੋ ਜਾਏਗੀ? ਜਿਹੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸ਼੍ਰੀ ਅਕਾਲਤਾ ਸਾਬ ਜੀ ਦੇ ਆਦੇਸ਼ਾ ਤੋਂ ਪਘੋੜਾ ਹੋਵੇ ਜਿਹੜਾ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਨੇ ਰਾਮ ਰਹੀਮ ਦੀ ਮਾਫ਼ੀ ਕਰਾਉਣ ਵਾਲਿਆਂ ਦੇ ਨਾਲ ਸਾਂਝ ਇਸ ਵੇਲੇ ਵੀ ਫੇਰ ਰੱਖੀ ਹੋਵੇ ਪਤਾ ਹੁੰਦਿਆ ਵੀ ਜਿਹਨੂੰ ਤਨਖਾਹੀਆ ਕੀਤਾ ਹੋਵੇ ਤੇ ਉਹਦੇ ਵੱਲੋਂ ਐਲਾਨਿਆ ਗਿਆ ਹੋਵੇ ਮੈਂ ਸਰਬਸੰਮਤੀ ਕਿੱਦਾਂ ਕਰ ਲੂੰਗੀ ਮੈਂ ਵੀ ਕੌਮ ਨੂੰ ਜਵਾਬ ਦੇ ਐ ਅਸੀਂ ਆਪ ਮੈਨੂੰ ਮੈਂਬਰਾਂ ਨੇ ਰਲ ਕੇ ਖੜਾ ਕੀਤਾ ਮੈਨੂੰ ਸਿੱਖ ਸੰਗਤ ਨੇ ਖੜਾ ਕੀਤਾ ਸਾਰੀ ਸਿੱਖ ਸੰਗਤ ਦੇਸ਼ ਵਿੱਚ ਬੈਠੀ ਵਿਦੇਸ਼ ਵਿੱਚ ਬੈਠੀ ਉਹ ਇੱਕੋ ਗੱਲ ਕਹਿ ਰਹੀ ਹੈ ਫੈਸਲਾ ਉਹ ਲਿਓ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਜਵਾਬ ਦੇ ਹੋ ਸਕੇ ਉਹ ਤਾਂ ਤੁਹਾਨੂੰ ਪੰਥ ਵਿਰੋਧੀ ਕਹਿ ਰਹੇ ਕਹਿੰਦੇ ਪੰਥ ਪਰ ਮर्यादा ਦੇ ਉਲਟ ਜਾ ਕੇ ਕਰ ਰਹੇ ਪੰਥ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਤਾਬਿਆਂ ਤੇ ਬੈਠੇ ਜਿਹੜੇ ਜਥੇਦਾਰ ਸਹਿਬਾਨ ਨੇ ਤੇ ਚੋਣਨੀ ਗੁਰਦਾਰਪੰਥ ਕਮੇਟੀ ਹੈ ਤੇ ਸਾਰੀ ਕੌਮ ਹੈ ਪੰਥ ਕੇਵਲ ਸਰਦਾਰ ਸੁਖਵੀਰ ਸੇ ਬਦਲ ਨਹੀਂ ਜਿਹੜਾ ਤਨਖਾਹ ਹੈ ਤੇ ਤਨਖਾਹੇ ਦੇ ਚੇਲੇ ਜਿਹੜੇ ਉਹ ਪੰਥ ਨਹੀਂ ਹੈ ਜਿਹੜੇ ਅੱਜ ਆ ਕੇ ਗੱਲਾਂ ਕਰਦੇ ਐ ਚਲੋ ਮੈਂ ਕੁਛ ਨਹੀਂ ਕਹਿਣਾ ਮੈਂ ਇੱਕੋ ਗੱਲ ਕਰਦੀ ਐ ਮੈਂ ਤੇ ਆਪਣੇ ਵੀਰਾਂ ਨੂੰ ਬੇਨਤੀ ਕਰਾਂਗੀ ਭੈਣਾਂ ਨੂੰ ਬੇਨਤੀ ਕਰਾਂਗੀ ਮੈਂਬਰ ਸਾਹਿਬਾਨਾਂ ਨੂੰ ਕਿ ਸੁਚੇਤ ਹੋ ਕੇ ਪੂਰਨ ਮਾਰਮ ਰਿਆਦਾ ਨੂੰ ਰੱਖਦੇ ਹੋਏ ਆਪਣੀ ਜ਼ਮੀਰ ਦੀ ਆਵਾਜ਼ ਤੇ ਵੋਟ ਪਾਓ ਜਿਹਨੂੰ ਤੁਸੀਂ ਪਾਉਣੀ ਚਾਹਉਦੇ ਹੋ ਪਾਓ ਆਖਰੀ ਸਵਾਲ ਇੱਕ ਪਾਸੇ ਤਾਂ ਐਸਜੀਪੀਸੀ ਦੇ ਪ੍ਰਧਾਨ ਦੇ ਲਈ ਪੂਰੀ ਜ਼ੋਰ ਅਜਮਾਇਸ਼ ਹਰ ਤਰ੍ਹਾਂ ਜ਼ੋਰ ਲਾਇਆ ਜਾ ਰਿਹਾ ਹੈ ਦੂਜੇ ਪਾਸੇ ਜਿਮਨੀ ਚੋਣਾਂ ਦੇ ਵਿੱਚੋਂ ਅਕਾਲੀ ਦਲ ਨੇ ਕਿਹਾ ਕਿ ਅਸੀਂ ਲੜਦਾ ਹੀ ਨਹੀਂ ਨਾਲੋਂ ਇਹ ਵੀ ਕਹਿੰਦੇ ਬਾਈਕਾਟ ਨਹੀਂ ਇਹ ਕਹਿੰਦੇ ਉਹ ਵੀ ਮर्याਦਾ ਦੇ ਤਹਿਤ ਅਸੀਂ ਫੈਸਲਾ ਲਿਆ ਕਿਹੜੀ ਮर्याਦਾ ਸ਼੍ਰੀ ਕਾਲਤਾ ਸਾਹਿਬ ਤੋਂ ਤੇ ਕਿਹਾ ਗਿਆ ਸੀ ਵੀ ਸਦਾ ਸੁਭੀਰ ਸੇ ਬادل ਨਾ ਚੋੜ ਲੜੇ। ਬਾਕੀ ਅਕਾਲੀ ਦਲ ਨੂੰ ਤਾਂ ਨਹੀਂ ਕਿਹਾ। ਇੰਨੀ ਵੱਡੀ ਕੌਮ ਉੱਥੇ ਕੋਰ ਕਮੇਟੀ ਬੈਠੀ ਸੀ ਉਹ ਲਾਸ਼ਾ ਹੀ ਸੀ ਸਾਰੀਆਂ। ਉਹ ਲੀਡਰ ਨਹੀਂ ਸੀ। ਕਹਿੰਦੇ ਇੱਕ ਜਰਨੈਲ ਹੀ ਲੜ ਰਿਹਾ ਤੇ ਅਸੀਂ ਵੀ ਨਹੀਂ ਲੜਨੀ। ਉੱਥੇ ਪੀਏਸੀ ਹੈ। ਉੱਥੇ ਜ਼ਿਲ੍ਹਾ ਪ੍ਰਧਾਨ ਨੇ, ਉੱਥੇ ਇੰਚਾਰਜ ਨੇ, ਉਹ ਕਿੱਥੇ ਗਏ ਨੇ? ਸਰਕਲ ਪ੍ਰਧਾਨ ਕਿੱਥੇ ਗਏ? ਇਹਦਾ ਮਤਲਬ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰ ਦਿੱਤਾ। ਇਹਨਾਂ 'ਚ ਜਾਨ ਨਹੀਂ ਰਹਿ ਗਈ ਮੁਕਾਬਲਾ ਕਰਨ ਦੀ। ਤੇ ਸਾਨੂੰ ਕਹਿੰਦੇ ਸੀ ਚਾਰ ਬੰਦੇ ਚਲੇਗੇ ਤਾਂ ਕੀ ਹੈ? ਕਹਿੰਦੇ ਸੀ ਨਾ ਚਾਰ ਬੰਦੇ ਚਲੇਗੇ ਤਾਂ ਕੀ ਹੋ ਗਿਆ ਸਾਨੂੰ ਕੀ ਫਰਕ ਪੈਂਦਾ ਵੱਡੀ ਗੱਲ ਬੀਜਪੀ ਤੇ ਚਾਰੇ ਜਿਹੜੇ ਉਮੀਦਵਾਰ ਨੇ ਸਾਰੇ ਅਕਾਲੀ ਦਲ ਤੋਂ ਗਏ ਨੇ ਭੇਜੇ ਗਏ ਆ ਭੇਜੇ ਗਏ ਆ ਐ ਸੋਨ ਸਿੰਘ ਠੰਡਲ 6 ਮਹੀਨੇ ਪਹਿਲਾਂ ਮੈਂਬਰ ਪਾਰਲੀਮੈਂਟ ਹਰਜਿੰਦਰ ਸੇ ਤਾਮੀਨ ਲੜਾਇਆ ਸੀ ਕਹਿੰਦਾ ਸੀ ਮੇਰੀ ਸੱਜੀ ਬਾਹ ਮੈਂ ਇਹਨੂੰ ਲੜਾਉਣੀ ਹੈ ਤੇ ਅਸੀਂ ਕਿਹ ਦਿੱਤਾ ਸੀਗਾ ਗੜਦੀਵਾਲ ਸਾਹਿਬ ਜੀ ਦਾ ਇੱਕ ਇੰਜੀਨੀਅਰ ਬੇਟਾ ਪੂਰਨ ਗੁਰਸੇਖ ਅਮਰਤਦਾਰ ਜਿਹੜਾ ਸੀ ਇਸ ਕਿਸੇ ਕਿਸੇ ਇਹਨੂੰ ਚੋਣ ਲੜਾਓ ਇਹਨਾਂ ਨੇ ਨਹੀਂ ਦਿੱਤਾ ਕਿਉਂਕਿ ਇਹਨਾਂ ਨੇ ਕਿਹਾ ਮੇਰਾ ਆਪਣਾ ਬੰਦਾ ਹੈ ਮੇਰੇ ਘਰ ਦਾ ਬੰਦਾ ਹੈ ਮੈਂ ਇਹਨੂੰ ਲੜਾਉਣੀ ਹੈ ਸੋਨ ਸੇ ਠੰਡਲ ਨੂੰ ਹੁਣ ਅੱਜ ਉਹਨੂੰ ਉਥੇ ਬੀਜੇਪੀ ਚ ਪੇਰੀ ਦਿੱਤਾ ਦੂਜੇ ਪਾਸੇ ਸਦਾ ਮਨਪ੍ਰੀਤ ਸਿੰਘ ਬਾਦਲਪਰਾ ਲੜ ਰਿਹਾ ਚੋਣ ਤੇ ਸਦਾ ਸੁਖਵੀਰ ਸਿੰਘ ਬਾਦਲ ਕਿਦਾਂ ਬਰਾਬਰ ਖੜਾ ਲੰਦਾ ਬੰਦਾ ਸੋ ਇੱਕ ਬੰਦੇ ਦੀ ਖਾਤਰ ਸਾਰੀ ਪਾਰਟੀ ਵਾਰ ਦਿੱਤੀ ਅਸੀਂ ਯਾਨੀ ਕਿ ਬੀਜੇਪੀ ਦੇ ਨਾਲ ਸੈਟਿੰਗ ਹੈ ਆਕਾਲੀ ਦਲ ਦੀ ਹੋਵੇ ਨਾ ਹੋਵੇ ਦਿਸਦੀ ਹੈ ਜੀ